ਈ ਸਕੂਲ ਕੁਇਜ਼ ਟੀਮ ਪੰਜਾਬ ਵੱਲੋਂ ਤੁਹਾਡੇ ਲਈ ਕੰਪਿਊਟਰ ਸਾਇੰਸ ਕੌਸ਼ਲ ਪ੍ਰਤੀਯੋਗਤਾ ਦਾ ਦੂਜਾ ਭਾਗ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਰਿਵੀਜ਼ਨ ਸ਼ੀਟ 10th ਕਲਾਸ ਦੀ ਲੈਸਨ ਨੰਬਰ 1 ਦੀ ਤਿਆਰੀ ਕਰਵਾ ਰਹੇ ਹਾਂ। ਸਭ ਤੋਂ ਪਹਿਲਾਂ ਖਾਲੀ ਥਾਵਾਂ ਭਰੋ। ਕੰਪਿਊਟਰ ਸੌਫਟਵੇਅਰ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ, ਨੰਬਰ 1 ਐਂਡ ਨੰਬਰ 2। ਸੌਫਟਵੇਅਰ ਹੈ ਜਿਹੜਾ, ਉਸਦੇ ਮੇਨ ਟੂ ਪਾਰਟਸ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ ਕਹਿੰਦੇ ਹਾਂ। ਇਹ ਦੋਨੇ ਹੀ ਇਸ ਦੇ ਵਿੱਚ ਫਿੱਲ ਹੋਣਗੇ। ਡਾਟਾਬੇਸ ਸੌਫਟਵੇਅਰ ਸੰਬੰਧਿਤ ਡਾਟਾ ਦਾ ਸੰਗ੍ਰਹਿ, ਇਸ ਟੂਲ ਦਾ ਉਦੇਸ਼ ਡੈਸ਼ ਅਤੇ ਡੈਸ਼ ਹੈ। ਡਾਟਾਬੇਸ ਸੌਫਟਵੇਅਰ ਸੰਬੰਧਿਤ ਡਾਟਾ ਦਾ ਸੰਗ੍ਰਹਿ, ਡਾਟੇ ਦਾ ਸੰਗ੍ਰਹਿ ਮਤਲਬ ਸਾਰਾ ਉਸਦਾ ਸੌਫਟਵੇਅਰ ਦੇ ਵਿੱਚ ਜਿਹੜਾ ਕੋਈ ਵੀ ਆਪਾਂ ਨੇ ਡਾਟਾ ਫੀਡ ਕਰਨਾ, ਇਸ ਦੇ ਟੂਲ ਦੇ ਉਦੇਸ਼, ਉਹਦੇ ਮੇਨ ਉਦੇਸ਼ ਕੀ ਹੁੰਦੇ ਨੇ। ਉਦੇਸ਼ ਹੁੰਦੇ ਨੇ ਆਰਗਨਾਈਜ਼, ਆਰਗਨਾਈਜ਼ ਐਂਡ ਮੈਨੇਜ। ਅਸੀਂ ਆਪਣੇ ਪੂਰੇ ਡਾਕੂਮੈਂਟ ਜਾਂ ਕੁਝ ਹਿੱਸੇ ਲਈ ਡੈਸ਼ ਜਾਂ ਡੈਸ਼ ਓਰੀਐਂਟੇਸ਼ਨ ਦੀ ਚੋਣ ਕਰ ਸਕਦੇ ਹਾਂ। ਦੇਖੋ, ਅਸੀਂ ਪੂਰੇ ਹਿੱਸੇ ਨੂੰ ਨਾ, ਡਾਕੂਮੈਂਟ ਦੇ ਨੂੰ ਜਦੋਂ ਅਸੀਂ ਜਿਵੇਂ ਪ੍ਰਿੰਟ ਕਰਨਾ ਹੋਵੇ, ਠੀਕ ਹੈ, ਉਸ ਨੂੰ ਮੇਨ ਆਪਾਂ ਪੋਰਟਰੇਟ ਅਤੇ ਲੈਂਡਸਕੇਪ ਦੀ ਵਰਤੋਂ ਕਰਦੇ ਹਾਂ। ਪਾਵਰਪੁਆਇੰਟ ਦੁਆਰਾ ਸਮਰਪਿਤ ਇਮੇਜ ਫਾਈਲ ਦੀ ਐਕਸਟੈਂਸ਼ਨ ਵਿੱਚ ਸ਼ਾਮਲ ਹਨ ਡੈਸ਼। ਹੁਣ ਇਮੇਜ ਫਾਈਲ ਹੈ ਜਿਹੜੀ, ਉਸ ਦੀ ਦੇਖੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਇਮੇਜ ਫਾਈਲ ਦਾ ਮਤਲਬ ਕੀ ਕਹਿ ਰਹੇ ਹਾਂ ਆਪਾਂ। ਇਮੇਜ ਮਤਲਬ ਪਿਕਚਰ ਜਾਂ ਫੋਟੋ ਕਹਿ ਦਿੰਦੇ ਆਪਾਂ ਜਿਹੜੀ, ਉਸ ਫਾਈਲ ਹੈ ਜਿਹੜੀ, ਉਸ ਫਾਈਲ ਦੇ ਵਿੱਚ ਉਸਦੀ ਐਕਸਟੈਂਸ਼ਨ ਕੀ ਹੋ ਸਕਦੀ ਹੈ। JPG, GIF, BMP ਅਤੇ TIFF, ਇਹ ਸਾਰੇ ਨੇ ਜਿਹੜੇ, ਇਹ ਪਿਕਚਰ ਫਾਰਮੈਟ ਹੈ ਜਿਹੜਾ, ਉਸ ਦਾ ਐਕਸਟੈਂਸ਼ਨ ਹੁੰਦੀ ਹੈ। ਐਕਸਟੈਂਸ਼ਨ ਹੁੰਦੀ ਹੈ ਜਿਹੜੀ, ਇੱਕ ਫਾਈਲ ਦਾ ਨਾਮ ਹੁੰਦਾ ਅਤੇ ਦੂਸਰਾ ਉਸਦੀ ਐਕਸਟੈਂਸ਼ਨ ਹੁੰਦੀ ਹੈ। ਮਲਟੀਮੀਡੀਆ ਸੌਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰ ਅਤੇ ਰੀਅਲ ਪਲੇ ਦੀ ਮਦਦ ਨਾਲ ਡੈਸ਼ ਅਤੇ ਡੈਸ਼ ਬਣਾਉਣ ਦੀ ਆਗਿਆ ਦਿੰਦਾ ਹੈ। ਮਲਟੀਮੀਡੀਆ ਦਾ ਦੇਖੋ ਪਹਿਲਾਂ ਇੱਕ ਕਲੀਅਰ ਹੈ, ਮਲਟੀਮੀਡੀਆ ਹੁੰਦਾ ਕੀ ਹੈ। ਮਲਟੀਮੀਡੀਆ ਜਿਹੜੇ ਆਪਾਂ ਗਾਣੇ ਸੁਣਦੇ ਹਾਂ, ਫਿਲਮਾਂ ਦੇਖਦੇ ਹਾਂ ਜਾਂ ਕੋਈ ਵੀ ਵੀਡੀਓ ਜਾਂ ਪ੍ਰੋਜੈਕਟ ਆਪਣੇ ਤਿਆਰ ਕਰਦੇ ਹਾਂ, ਉਸ ਦੇ ਵਿੱਚ ਮੇਨ ਦੋ ਚੀਜ਼ਾਂ ਕੀ ਹੁੰਦੀਆਂ ਨੇ। ਉਸ ਦੇ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਉਹਦੇ 'ਚ ਆਡੀਓ, ਠੀਕ ਹੈ, ਆਡੀਓ, ਉਸਦੀ ਆਵਾਜ਼ ਅਤੇ ਵੀਡੀਓ, ਜਿਹੜੀ ਅਸੀਂ ਉਸਦੀ ਫਿਲਮ ਦੇ ਤੌਰ 'ਤੇ ਅਸੀਂ ਇੱਕ ਵੀਡੀਓ ਕਲਿੱਪ ਤਿਆਰ ਕਰਦੇ ਹਾਂ, ਉਹ ਇਹ ਮਲਟੀਮੀਡੀਆ ਦਾ ਮੇਨ ਉਦੇਸ਼ ਹੁੰਦਾ। ਮੇਨ ਇਹਨਾਂ ਬਗੈਰ ਨਹੀਂ, ਵਧੀਆ ਵੀਡੀਓ ਹੈ ਜਿਹੜੀ ਵਧੀਆ ਕੀ ਬਣ ਹੀ ਨਹੀਂ ਸਕਦੀ। ਸਪਰੈਡਸ਼ੀਟ ਟੂਲ ਦਾ ਮੁੱਖ ਉਦੇਸ਼ ਡਾਕੂਮੈਂਟ ਬਣਾਉਣਾ ਹੈ। ਸਪਰੈਡਸ਼ੀਟ ਦਾ ਮੁੱਖ ਉਦੇਸ਼ ਹੈ ਜਿਹੜਾ, ਸਪਰੈਡਸ਼ੀਟ ਕੀ ਹੁੰਦੀ ਹੈ, ਇੱਕ ਸ਼ੀਟ ਹੈ ਜਿਹੜੀ ਜਿਵੇਂ ਐਕਸਲ ਦੀ ਸ਼ੀਟ ਹੁੰਦੀ ਹੈ, ਉਸ ਤਰ੍ਹਾਂ ਦੀ ਇੱਕ ਸ਼ੀਟ ਹੁੰਦੀ ਹੈ। ਉਸਦਾ ਮੁੱਖ ਉਦੇਸ਼ ਹੈ ਜਿਹੜਾ, ਉਸਦੇ ਵਿੱਚ ਕੈਲਕੂਲੇਸ਼ਨਾਂ ਵਗੈਰਾ ਵੀ ਹੁੰਦੀਆਂ ਨੇ, ਹੋਰ ਸਾਰਾ ਕੁਛ, ਇਕੱਲਾ ਡਾਕੂਮੈਂਟ ਬਣਾਉਣਾ ਨਹੀਂ ਹੁੰਦਾ ਉਹਦਾ। ਐਪਲੀਕੇਸ਼ਨ ਸੌਫਟਵੇਅਰ ਇੱਕ ਅਜਿਹਾ ਸੌਫਟਵੇਅਰ ਹੈ ਜੋ ਯੂਜ਼ਰ ਲਈ ਕੰਮ ਕਰਦਾ ਹੈ। ਬਿਲਕੁਲ ਠੀਕ, ਐਪਲੀਕੇਸ਼ਨ ਸੌਫਟਵੇਅਰ ਉਹ ਹੁੰਦਾ ਜਿਸ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਅਤੇ ਉਸਦੀ ਡਿਜ਼ਾਇਨਿੰਗ ਹੈ ਜਿਹੜੀ ਜਾਂ ਹੋਰ ਹੈ ਉਸ ਨੂੰ ਚੇਂਜ ਕਰ ਸਕਦੇ ਹਾਂ, ਉਹ ਐਪਲੀਕੇਸ਼ਨ ਸੌਫਟਵੇਅਰ ਹੁੰਦਾ। ਅਸੀਂ ਮੌਜੂਦਾ ਟੈਬ ਨੂੰ ਰੂਲਸ ਦੇ ਅਨੁਸਾਰ ਵੱਖ ਵੱਖ ਥਾਵਾਂ 'ਤੇ ਸੱਜੇ ਖੱਬੇ ਪਾਸੇ ਡਰੈਗ ਕਰ ਸਕਦੇ ਹਾਂ। ਬਿਲਕੁਲ ਠੀਕ ਹੈ, ਡਰੈਗ ਹੈ ਜਿਹੜਾ ਉਸਨੂੰ ਅਸੀਂ ਰੂਲਰ ਜਿਹੜਾ ਸਾਈਡ 'ਤੇ ਲੱਗਿਆ ਹੁੰਦਾ, ਰੂਲਰ ਜਿਸ ਨਾਲ ਅਸੀਂ ਜਿਵੇਂ ਆਪਾਂ ਕਹਿ ਦਈਏ ਇਸ ਨੂੰ ਜਿਵੇਂ ਆਪਾਂ ਉੱਪਰ ਥੱਲੇ ਕਰ ਰਹੇ ਹਾਂ, ਹੈ ਨਾ। ਇਹ ਆਲੇ ਦੁਆਲੇ ਬਾਕੀ ਦੇ ਡਾਕੂਮੈਂਟਸ ਦੇ ਵਿੱਚ ਇਹ ਇੱਕ ਰੂਲਰ ਬਾਰ ਲੱਗੀ ਹੁੰਦੀ ਹੈ ਸਾਈਡ 'ਤੇ ਜਾਂ ਨੀਚੇ ਲੱਗੀ ਹੁੰਦੀ ਹੈ, ਉਸ ਨੂੰ ਅਸੀਂ ਅੱਗੇ ਪਿੱਛੇ ਉੱਪਰ ਨੀਚੇ ਇੱਧਰ ਉੱਧਰ ਨੂੰ ਖੱਬੇ ਸੱਜੇ ਕਰ ਸਕਦੇ ਹਾਂ। ਜਦੋਂ ਅਸੀਂ ਪ੍ਰਿੰਟ ਟੈਬ 'ਤੇ ਕਲਿੱਕ ਕਰਦੇ ਹਾਂ ਤਾਂ ਪ੍ਰਿੰਟ ਪ੍ਰਵਿਊ ਆਪਣੇ ਆਪ ਦਿਖਾਈ ਦਿੰਦਾ ਹੈ।
सही है, बिल्कुल ठीक है। जदों असी प्रिंट टैब ते क्लिक करते हैं ना, उस तो बाद नाल दी नाल ओह सानू ओह दिखाउंदा है भी पिक्चर जां जो भी तुसी डॉक्यूमेंट प्रिंट कढ़न जा रहे हो वह किस तरह का दिखेगा। जे उहदे च कोई गलती हुंदी है तां ओह सानू नाल हुंदे दस दिंदा। एमएस ऑफिस 2010 विच वर्ड डॉक्यूमेंट दी एक्सटेंशन की हुंदी है? 2010 दे विच इहदी एक्सटेंशन है जिहड़ी ओह डॉट DOC हुंदी है, जिहड़ी उस तो अगे एडवांस वर्जन ने DOC डॉट एक्स भी हुंदी है। एमएस ऑफिस 2006 स्प्रैडशीट दी डॉट एक्सएल ते ऐसे तरह पावरपॉइंट दी एक्सटेंशन है जिहड़ी ओह डॉट PPT डॉट PPT हुंदी है। BMP का पूरा नाम बिट मैप पिक्चर्स, PDF का पूरा नाम पोर्टेबल डॉक्यूमेंट फॉर्मेट। थैंक यू।